ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ, ਗੱਲ ਕਰਦੇ ਹਾਂ ਜੋ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮੇਲੇ ਹੋਣ ਜਾ ਰਹੇ ਨੇ, ਖਾਸ ਕਰ ਜੋ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ 'ਚ ਕਿਸਾਨ ਮੇਲੇ ਹੋਣ ਜਾ ਰਹੇ ਨੇ, ਉਹਨਾਂ ਦੀ ਕਿਹੜੀ ਤਰੀਕ ਹੈ, ਕਿਹੜੇ ਜ਼ਿਲ੍ਹੇ 'ਚ ਕਦੋਂ ਇਹ ਮੇਲਾ ਹੋਣ ਜਾ ਰਿਹਾ, ਉਸ ਬਾਰੇ ਆਪਾਂ ਇਸ ਵੀਡੀਓ 'ਚ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ 'ਤੇ ਨਵੇਂ ਨੇ, ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਇੱਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਸੋ ਕਿਸਾਨ ਵੀਰੋ, ਜਿਵੇਂ ਕਿ ਆਪਾਂ ਜਾਣਦੇ ਹਾਂ, ਹਰ ਸਾਲ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਕਿਸਾਨ ਮੇਲੇ ਕਰਵਾਏ ਜਾਂਦੇ ਨੇ, ਅਤੇ ਇਹ ਕਿਸਾਨ ਮੇਲੇ ਇੱਕ ਹਾੜੀ ਦੀ ਫਸਲ ਤੋਂ ਪਹਿਲੇ ਅਤੇ ਇੱਕ ਸੋਹਣੀ ਦੀ ਫਸਲ ਤੋਂ ਪਹਿਲੇ ਜੋ ਮੇਲਾ ਕਰਵਾਇਆ ਜਾਂਦਾ, ਯਾਨੀ ਕਿ ਰਬੀ ਅਤੇ ਖਰੀਫ ਦੀ ਫਸਲ ਤੋਂ ਪਹਿਲੇ ਮੇਲੇ ਕਰਵਾਏ ਜਾਂਦੇ ਨੇ, ਅਤੇ ਇਸ ਵਾਰ ਜੋ ਰਬੀ ਦੀ ਫਸਲ ਤੋਂ ਪਹਿਲੇ ਜੋ ਮੇਲਾ ਹੋਣ ਜਾ ਰਿਹਾ ਉਹ ਸਤੰਬਰ ਦੇ ਵਿੱਚ ਹੋਏਗਾ, ਅਤੇ ਇਹ ਮੇਲਾ ਜੋ PAU ਲੁਧਿਆਣਾ ਦੇ ਵਿੱਚ 13 ਅਤੇ 14 ਸਤੰਬਰ 2024 ਨੂੰ ਹੋਣ ਜਾ ਰਿਹਾ, ਅਤੇ ਉਸ ਤੋਂ ਬਾਅਦ ਵੱਖ ਵੱਖ ਜ਼ਿਲ੍ਹਿਆਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਅਤੇ ਇਹ ਮੇਲੇ ਜੋ ਵੱਧ ਤੋਂ ਵੱਧ ਇਹਨਾਂ ਦੇ ਵਿੱਚ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਸਟਾਲਾਂ ਲਗਾਈਆਂ ਜਾਂਦੀਆਂ ਨੇ, ਜੋ ਤੁਹਾਡੇ ਮੌਕੇ 'ਤੇ ਜੋ ਫਸਲ ਹੈ ਉਹਦੀਆਂ ਬਿਮਾਰੀਆਂ ਜਾਂ ਜੋ ਤੁਹਾਨੂੰ ਦਿੱਕਤ ਆ ਰਹੀ ਹੈ ਉਹਦੇ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ, ਅਤੇ ਅਗਲੇ ਸੀਜ਼ਨ ਦੇ ਵਿੱਚ ਕਿਹੜੇ ਨਵੇਂ ਬੀਜ ਨੇ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਚੰਗਾ ਝਾੜ ਲੈ ਸਕਦੇ ਹੋ, ਉਹਦੇ ਬਾਰੇ ਵੀ ਪ੍ਰਦਰਸ਼ਨੀ ਲਾਈ ਜਾਂਦੀ ਹੈ। ਇਸ ਦੇ ਨਾਲ ਨਾਲ ਜੋ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਵੱਲੋਂ ਵੀ ਆਪਦੇ ਨਵੇਂ ਨਵੇਂ ਪ੍ਰੋਡਕਟ ਜਾਂ ਖੇਤੀਬਾੜੀ ਨਾਲ ਜੋ ਜੁੜੇ ਹੋਏ ਅਲੱਗ ਅਲੱਗ ਖੋਜਾਂ ਨੇ ਜਾਂ ਇੰਪਲੀਮੈਂਟ ਨੇ, ਉਹਨਾਂ ਦੀ ਜਾਣਕਾਰੀ ਵੀ ਤੁਹਾਨੂੰ ਇਸ ਕਿਸਾਨ ਮੇਲਿਆਂ ਦੇ ਵਿੱਚ ਦਿੱਤੀ ਜਾਂਦੀ ਹੈ। ਸੋ ਸਭ ਤੋਂ ਪਹਿਲੇ ਜੇ ਗੱਲ ਕਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਜੋ ਮੇਲਾ ਹੋਣ ਜਾ ਰਿਹਾ 13 ਅਤੇ 14 ਸਤੰਬਰ 2024 ਨੂੰ ਹੋ ਰਿਹਾ, ਉਸ ਤੋਂ ਬਾਅਦ ਜੇ ਗੱਲ ਕਰੀਏ ਬੱਲੋਵਾਲ ਸੌਂਕੜੀ ਦੀ ਤਾਂ 6 ਸਤੰਬਰ 2024 ਨੂੰ ਇਹ ਮੇਲਾ ਹੋਣ ਜਾ ਰਿਹਾ, ਅਤੇ ਉਸ ਤੋਂ ਬਾਅਦ ਗੱਲ ਕਰੀਏ ਫਰੀਦਕੋਟ ਦੀ ਤਾਂ 10 ਸਤੰਬਰ 2024 ਨੂੰ ਇਹ ਮੇਲਾ ਹੋਣ ਜਾ ਰਿਹਾ, ਉਸ ਤੋਂ ਬਾਅਦ ਨਾਗਕਲਾਂ ਅੰਮ੍ਰਿਤਸਰ 'ਚ ਜੋ ਮੇਲਾ ਹੋਏਗਾ ਉਹ 3 ਸਤੰਬਰ 2024 ਨੂੰ ਹੋਣ ਜਾ ਰਿਹਾ, ਗੁਰਦਾਸਪੁਰ 'ਚ ਜੋ ਮੇਲਾ ਹੋਏਗਾ ਉਹ 18 ਸਤੰਬਰ 2024 ਨੂੰ ਹੋਣ ਜਾ ਰਿਹਾ, ਰੋਣੀ ਪਟਿਆਲਾ ਦੀ ਗੱਲ ਕਰੀਏ 24 ਸਤੰਬਰ 2024 ਨੂੰ ਇਹ ਮੇਲਾ ਹੋਣ ਜਾ ਰਿਹਾ, ਉਸ ਤੋਂ ਮਗਰੋਂ ਬਠਿੰਡਾ ਦੇ ਵਿੱਚ 27 ਸਤੰਬਰ 2024 ਨੂੰ ਇਹ ਮੇਲਾ ਹੋਣ ਜਾ ਰਿਹਾ। ਸੋ ਇਹ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਮੇਲੇ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਨੇ, ਅਤੇ ਇਹਨਾਂ ਦੀ ਅਜੇ ਜੋ ਕਿਹੜੀ ਥੀਮ ਹੈ ਅਤੇ ਹੋਰ ਕਿਹੜੇ ਕਿਹੜੇ ਬੀਜ ਇੱਥੇ ਤੁਹਾਨੂੰ ਉਪਲਬਧ ਹੋਣਗੇ, ਇਸ ਦੀ ਜਾਣਕਾਰੀ ਹਾਲੇ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਨਹੀਂ ਆਈ, ਜਿੱਦਾਂ ਹੀ ਜਾਣਕਾਰੀ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਅਤੇ ਇਸ ਦੇ ਨਾਲ ਨਾਲ ਜੋ ਸਾਡੀ ਅਪੀਲ ਹੈ, ਤੁਸੀਂ ਵੀ ਵੱਧ ਤੋਂ ਵੱਧ ਹੁੰਮ ਹੁਮਾ ਕੇ ਇਹਨਾਂ ਮੇਲਿਆਂ 'ਤੇ ਜ਼ਰੂਰ ਪਹੁੰਚਿਓ, ਕਿਉਂ ਜੋ ਇਹ ਕਿਸਾਨ ਮੇਲੇ ਤੁਹਾਡੇ ਲਈ ਲਗਾਏ ਜਾਂਦੇ ਨੇ, ਜਿੱਥੋਂ ਤੁਸੀਂ ਨਵੀਂ ਤਕਨੀਕ, ਨਵੀਂ ਖੋਜ ਅਤੇ ਜੋ ਅੱਗੇ ਆਉਣ ਵਾਲੀ ਤਕਨੀਕ ਹੈ ਉਹਦੇ ਬਾਰੇ ਵੀ ਤੁਸੀਂ ਇਹਨਾਂ ਮੇਲਿਆਂ ਤੋਂ ਜਾਣਕਾਰੀ ਲੈ ਸਕਦੇ ਹੋ, ਅਤੇ ਇਹ ਮੇਲਿਆਂ ਦੇ ਪ੍ਰਤੀ ਤੁਹਾਡਾ ਰੁਝੇਵਾਂ ਜੋ ਹੈ ਉਹ ਹੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜੋ ਸਾਇੰਟਿਸਟ ਨੇ, ਜੋ ਖੋਜੀ ਨੇ ਜਾਂ ਪ੍ਰੋਫੈਸਰ ਨੇ, ਉਹਨਾਂ ਨੂੰ ਅੱਗੇ ਅੱਗੇ ਪ੍ਰੇਰਿਤ ਕਰਦਾ ਹੈ
ਅਤੇ ਹਰ ਸਾਲ ਨਵੀਂ ਨਵੀਂ ਖੋਜ ਤੁਹਾਡੇ ਲਈ ਲੈ ਕੇ ਆਉਣ ਦੀ। ਅਤੇ ਜੋ ਵੀ ਤੁਹਾਡੇ ਸਵਾਲ ਨੇ ਤੁਸੀਂ ਇਹਨਾਂ ਮੇਲਿਆਂ ਦੇ ਵਿੱਚ ਜਾ ਕੇ ਤੁਸੀਂ ਜੋ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਪੁੱਛ ਸਕਦੇ ਹੋ। ਸੋ ਸਾਡੀ ਵੀ ਅਪੀਲ ਹੈ, ਵੱਧ ਤੋਂ ਵੱਧ ਇਹਨਾਂ ਮੇਲਿਆਂ ਦੇ ਵਿੱਚ ਪਹੁੰਚ ਕੇ ਇਹਨਾਂ ਮੇਲਿਆਂ ਦੀ ਰੌਣਕ ਅਤੇ ਸ਼ੋਭਾ ਨੂੰ ਵਧਾਓ। ਅਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਤਾਂ ਜੋ ਸਾਰੇ ਕਿਸਾਨ ਵੀਰ ਇਹ ਮੇਲਿਆਂ ਦੀ ਜੋ ਤਰੀਕ ਹੈ ਜਾਂ ਡੇਟ ਹੈ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈ ਸਕੇ। ਅਤੇ ਇੱਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਅਤੇ ਹੋਰ ਅਪਡੇਟਿਡ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਤੁਹਾਡੇ ਤੱਕ ਸਮੇਂ ਸਿਰ ਸਹੀ ਜਾਣਕਾਰੀ ਪਹੁੰਚ ਸਕੇ। ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ, ਤੁਹਾਡਾ ਦਿਨ ਸ਼ੁਭ ਹੋਵੇ।